ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੋ ਅੱਜ ਆਪਾਂ ਵਲੋਗ ਪਾਉਣ ਜਾ ਰਹੇ ਹਾਂ ਉਹ ਕੁਛ ਚਾਰ ਕੁ ਇੰਪੋਰਟੈਂਟ ਗੱਲਾਂ ਜੋ ਕਿ ਜਿਨ੍ਹਾਂ ਨੇ ਯੂ ਕੇ ਆਉਣਾ ਉਹਨਾਂ ਲਈ ਸਪੈਸ਼ਲ, ਉਹ ਚਾਰ ਗੱਲਾਂ ਜ਼ਰੂਰ ਉਹ ਧਿਆਨ ਨਾਲ ਸੁਣਨ ਅਤੇ ਬਹੁਤ ਹੀ ਇੰਪੋਰਟੈਂਟ ਆ। ਬਸ ਆਪਾਂ ਕੰਮ ਤੋਂ ਹਟੇ ਸੀ ਸਭ, ਚਲੋ ਗੱਲਾਂ ਦੱਸਦੇ ਤੁਹਾਨੂੰ ਬਾਅਦ 'ਚੋਂ, ਪਹਿਲਾਂ ਹੁਣ ਦੱਸਦੇ ਹਾਂ। ਅਤੇ ਇੱਥੇ ਬਾਬੇ ਜਿਹੜਾ ਬੌਸ ਹੁੰਦਾ ਉਹਨੂੰ ਕਹਿੰਦੇ ਗਾਫਾ, ਇੰਗਲੈਂਡ ਦੇ ਵਿੱਚ ਉਹਨੂੰ ਗਾਫਾ ਕਹਿੰਦੇ ਆ। ਅਤੇ ਇੱਥੇ ਮਤਲਬ ਜਿਹੜੇ ਬੌਸ ਹੁੰਦੇ ਗਾਫਾ ਹੁੰਦੇ ਆ ਉਹ ਆਪਾਂ ਨੂੰ ਘਰੋਂ ਚੱਕਦੇ ਆ ਅਤੇ ਆਪਾਂ ਨੂੰ ਕਦੇ ਰੇਂਜ ਰੋਵਰ 'ਤੇ ਅਤੇ ਕਦੇ ਆਪਾਂ ਨੂੰ ਓਡੀ 'ਤੇ ਲੈ ਕੇ ਜਾਂਦੇ ਆ। ਉਹ ਦਿਖਾਉਂਦੇ ਹਾਂ, ਅੱਜ ਆਪਾਂ ਆਹ ਗੱਡੀ 'ਤੇ ਆਏ ਸੀ ਓਡੀ 'ਤੇ ਅਤੇ ਆਪਾਂ ਨੂੰ ਬਾਈ ਨੇ ਘਰੋਂ ਪਿੱਕ ਕੀਤਾ। ਹਾਂਜੀ, ਅੱਜ ਮੈਂ ਡਿਫੀਕਲਟੀਜ਼ ਦੱਸਣ ਜਾ ਰਿਹਾ ਜਿਹੜੀਆਂ ਕਿ ਨਿਊ ਸਟੂਡੈਂਟ ਨੂੰ ਜਦੋਂ ਕੋਈ ਇੰਗਲੈਂਡ ਦੇ ਵਿੱਚ ਆਉਂਦਾ ਡਿਫੀਕਲਟੀਜ਼ ਹੁੰਦੀਆਂ। ਫਸਟ ਆਫ ਆਲ, ਜਦੋਂ ਆਪਾਂ ਐਮਬੈਸੀ ਦੇ ਵਿੱਚ ਫਾਈਲ ਲਾਉਣ ਜਾਂਦੇ ਹਾਂ ਅਤੇ ਉਹ ਆਪਾਂ ਨੂੰ ਲਿਬਾਰਾ ਦੀ ਸਿਮ ਦਿੰਦੇ ਆ ਅਤੇ ਉਹ ਆਪਾਂ ਸਿਮ ਨਾਲ ਜ਼ਰੂਰ ਲੈ ਕੇ ਆਉਣੀ ਆ। ਆਪਾਂ ਨੂੰ ਬਹੁਤ ਹੀ ਬੈਨੀਫਿਟ ਹੁੰਦਾ ਉਹ ਸਿਮ ਦਾ ਅਤੇ ਆਪਦੀ ਕਿਸੇ ਨੇ ਵੀ ਪਰਸਨਲ ਸਿਮ ਜੋ ਇੰਡੀਅਨ ਸਿਮ ਹੁੰਦੀ ਆ ਉਹ ਘਰ ਕੱਢ ਕੇ ਨਹੀਂ ਆਉਣੀ, ਏਅਰਪੋਰਟ 'ਤੇ ਆਪਾਂ ਨੂੰ ਕੰਮ ਦਿੰਦੀ ਆ। ਅਤੇ ਮੈਂ ਆਪਦੀ ਸਿਮ ਘਰ ਰੱਖਿਆ ਸੀਗਾ ਅਤੇ ਮੈਨੂੰ ਥੋੜ੍ਹੀ ਜ਼ਰੂਰਤ ਪੈ ਗਈ ਸੀ ਕੁਛ ਪੈਸਿਆਂ ਦੀ ਮੈਂ ਘਰ ਕੋਲ ਕਰਨੀ ਸੀ, ਬਟ ਚਲੋ ਮੈਂ ਉੱਥੇ ਕਿਸੇ ਦਾ ਹੋਟਸਪੋਟ ਲੈ ਲਿਆ, ਵਾਈਫਾਈ ਕਰ ਲਿਆ ਫੋਨ ਨਾਲ ਅਟੈਚ, ਤੋਂ ਮੈਂ ਘਰ ਕੋਲ ਕਰ ਲਈ ਉੱਥੇ ਮੈਨੂੰ। ਅਤੇ ਸਾਰਿਆਂ ਨੇ 1000-2000 ਰੁਪਈਆ ਇੰਡੀਅਨ ਕਰੰਸੀ ਨਾਲ ਲੈ ਕੇ ਆਉਣੀ ਆ, ਪਾਉਂਡ ਤਾਂ ਮੇਰੇ ਕੋਲ ਸੀਗੇ, ਬਟ ਮੈਨੂੰ ਉੱਥੇ ਮੈਨੂੰ ਕਹਿੰਦੇ ਵੀ ਤੇਰਾ ਬੈਗ ਦਾ ਸਾਈਜ਼ ਕਾਫੀ ਵੱਡਾ, ਇਹਨੂੰ ਕਵਰ ਕਰਾ ਕੇ ਲਿਆਓ। ਜਦੋਂ ਮੈਂ ਕਵਰ ਕਰਾਉਣ ਗਿਆ ਮੈਨੂੰ ਕਹਿੰਦੇ ਵੀ 700-800 ਰੁਪਈਆ ਲੱਗੂ, ਬਟ ਮੇਰੇ ਕੋਲ ਹੈ ਨਹੀਂ। ਮੈਂ ਉਹਨਾਂ ਨੂੰ ਕਿਹਾ ਵੀ ਪਾਉਂਡ ਲੈ ਲਓ, ਉਹਨਾਂ ਨੇ ਪਾਉਂਡ ਨਹੀਂ ਲਏ। ਅਤੇ ਫਿਰ ਮੈਂ ਘਰ ਉੱਥੇ ਘਰ ਦੇ ਬਾਹਰ ਖੜ੍ਹੇ ਸੀ, ਮੈਂ ਉਹਨਾਂ ਨੂੰ ਕਾਲ ਕੀਤੀ ਅਤੇ ਉਹ ਮੈਨੂੰ ਪੈਸੇ ਦੇ ਕੇ ਗਏ ਅਤੇ ਫਿਰ ਮੈਂ ਉਹਦਾ ਬੈਗ ਕਵਰ ਕਰਾਇਆ। ਜੇਕਰ ਉੱਥੇ ਮੇਰੇ ਕੋਲ ਸਿਮ ਹੁੰਦੀ ਤਾਂ ਮੈਨੂੰ ਕਿਸੇ ਤੋਂ ਹੋਟਸਪੋਟ ਛਡਾਉਣ ਦੀ ਲੋੜ ਨਹੀਂ ਪੈਣੀ ਸੀਗੀ। ਸਾਰਿਆਂ ਨੇ ਸਿਮ ਲੈ ਕੇ ਆਉਣੀ। ਜਦੋਂ ਮੈਂ ਬਰਮਿੰਘਮ ਏਅਰਪੋਰਟ 'ਤੇ ਪਹੁੰਚਿਆ ਅਤੇ ਮੈਂ ਆਪਦੀ ਜੋ ਲਿਬਾਰਾ ਦੀ ਸਿਮ ਸੀਗੀ ਆਪਦੇ ਮੋਬਾਈਲ ਦੇ ਵਿੱਚ ਪਾ ਲਈ ਅਤੇ ਚਲੋ ਉੱਥੇ ਮੈਨੂੰ ਪਿੱਕ ਕਰਨ ਵਾਲੇ ਵੀ ਸੀਗੇ, ਜਸ਼ਨ ਸੀਗਾ, ਮੈਂ ਜਸ਼ਨ ਨੂੰ ਕਾਲ ਕਰਤੀ ਅਤੇ ਉਹ ਮੈਨੂੰ ਲੈ ਗਿਆ। ਦੂਜੀ ਗੱਲ ਬਾਬੇ, ਉਹ ਕਿਸੇ ਨੇ ਘਬਰਾਉਣਾ ਨਹੀਂ ਏਅਰਪੋਰਟ 'ਤੇ ਵੀ ਏਅਰਪੋਰਟ 'ਤੇ ਜਾਂ ਕਿਸੇ ਲੰਡਨ ਆਉਣਾ ਜਾਂ ਬਰਮਿੰਘਮ ਆਉਣਾ। ਚਲੋ ਉਹ ਸਵਾਲ ਜਵਾਬ ਕੁਸ਼ਚਨ ਕਾਫੀ ਪੁੱਛਦੇ ਆ ਯੂਨੀਵਰਸਿਟੀ ਬਾਰੇ, ਤੁਹਾਡੀ ਕਿਹੜੀ ਯੂਨੀਵਰਸਿਟੀ ਆ, ਅਤੇ ਤੁਹਾਨੂੰ ਮੈਂ ਆਪਦਾ ਦੱਸਦਾ ਜ਼ਿਆਦਾਤਰ ਇਹੀ ਕੁਸ਼ਚਨ ਪੁੱਛਦੇ ਆ ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ, ਵਿਚ ਇਜ਼ ਯੂਅਰ ਯੂਨੀਵਰਸਿਟੀ, ਤੁਹਾਡਾ ਕੋਰਸ ਕਿਹੜਾ, ਤੁਹਾਡੀ ਸਟੱਡੀ ਕਿੰਨੇ ਟਾਈਮ ਦੀ ਆ, ਤੁਹਾਡਾ ਕੋਈ ਇੱਥੇ ਰੈਲੇਟਿਵ ਹੈਗਾ ਜਾਂ ਨਹੀਂ ਹੈਗਾ, ਤੁਸੀਂ ਕਿੱਥੇ ਰਹੋਗੇ। ਜਸਟ ਇਹ ਨੋਰਮਲ ਕੁਸ਼ਚਨ ਆ, ਕਿਸੇ ਨੂੰ ਵੀ ਘਬਰਾਉਣ ਕਿਸੇ ਨੇ ਕੋਈ ਕੁਛ ਘਬਰਾਉਣਾ ਨਹੀਂ। ਜੇਕਰ ਤੁਹਾਡਾ ਕੋਈ ਇੱਥੇ ਦੋਸਤ ਜਾਂ ਰੈਲੇਟਿਵ ਨਹੀਂ ਹੈਗਾ ਤੁਸੀਂ ਫਿਰ ਵੀ ਕੋਈ ਟੈਨਸ਼ਨ ਨਹੀਂ ਲੈਣੀ, ਤੁਸੀਂ ਅਕੋਮੋਡੇਸ਼ਨ ਯੂਨੀਵਰਸਿਟੀ ਨੂੰ ਕਾਲ ਕਰਨੀ ਆ ਅਤੇ ਆਪਦਾ ਅਕੋਮੋਡੇਸ਼ਨ 'ਚ ਜਾਣਾ, ਉੱਥੇ ਤੁਸੀਂ ਇੱਕ ਮਹੀਨੇ ਦੀ ਫੀਸ ਭਰ ਦਿਉ ਜੀ, ਤੁਸੀਂ ਮਹੀਨਾ ਜਮ੍ਹਾਂ ਟੈਨਸ਼ਨ ਫਰੀ ਰਹੋਗੇ, ਤੁਹਾਨੂੰ ਖਾਣਾ ਪਾਣੀ ਵਧੀਆ ਮਿਲੂਗਾ। ਹਾਂਜੀ, ਆਉਣ ਸਾਰ ਕਿਸੇ ਨੇ ਵੀ ਕੰਮ ਮਗਰ ਨਹੀਂ ਭੱਜਣਾ, ਸਾਰੀ ਉਮਰ ਇੱਥੇ ਕੰਮ ਹੀ ਕਰਨਾ। ਸਭ ਤੋਂ ਪਹਿਲਾਂ ਜਿਹੜੇ ਇੰਪੋਰਟੈਂਟ ਡਾਕੂਮੈਂਟ ਹੁੰਦੇ ਆ ਸਭ ਤੋਂ ਪਹਿਲਾਂ ਆਪਾਂ ਉਹ ਬਣਾਉਣੇ ਆ। ਸਭ ਤੋਂ ਪਹਿਲਾਂ ਇਨਰੋਲਮੈਂਟ ਕਰਨੀ ਆ, ਕਈਆਂ ਦੀ ਇਨਰੋਲਮੈਂਟ ਔਨਲਾਈਨ ਹੋ ਜਾਂਦੀ, ਕਈਆਂ ਦੀ ਔਫਲਾਈਨ ਹੁੰਦੀ ਆ, ਬਟ ਮੇਰੀ ਇਨਰੋਲਮੈਂਟ ਔਫਲਾਈਨ ਹੋਈ ਸੀ, ਮੈਨੂੰ ਯੂਨੀਵਰਸਿਟੀ ਜਾਣਾ ਪਿਆ, ਉੱਥੋਂ ਮੈਂ VRP ਆਪਦਾ ਕਲੈਕਟ ਕੀਤਾ। ਕਈਆਂ ਦੀ ਏਜੰਟ ਹੀ ਅਪਲਾਈ ਕਰ ਦਿੰਦੇ ਆ ਇਨਰੋਲਮੈਂਟ, ਅਤੇ ਅਨੁਸਾਰ ਉਹਨਾਂ ਨੂੰ ਪੋਸਟ ਆਫਿਸ ਰਾਹੀਂ VRP ਕਾਰਡ ਮਿਲ ਜਾਂਦਾ, ਬਟ ਚਲੋ ਮੈਨੂੰ ਯੂਨੀਵਰਸਿਟੀ ਜਾਣਾ ਪਿਆ। ਸੈਕਿੰਡਲੀ, ਆਪਦਾ ਪ੍ਰੋਵੀਜ਼ਨਲ ਡਰਾਈਵਿੰਗ ਲਾਈਸੈਂਸ ਅਪਲਾਈ ਕਰਨਾ। ਜਦੋਂ ਉਹ ਪ੍ਰੋਵੀਜ਼ਨਲ ਡਰਾਈਵਿੰਗ ਲਾਈਸੈਂਸ ਆਪਣਾ ਬਣ ਗਿਆ, ਉਦੋਂ ਬਾਅਦ ਆਪਾਂ ਡਰਾਈਵਿੰਗ ਲਾਈਸੈਂਸ ਬਣਾ ਸਕਦੇ ਹਾਂ। ਫਸਟ ਆਫ ਆਲ ਥਿਊਰੀਕਲ ਇਗਜ਼ਾਮ ਹੁੰਦਾ, ਉਦੋਂ ਬਾਅਦ ਪ੍ਰੈਕਟੀਕਲ ਇਗਜ਼ਾਮ ਹੁੰਦਾ। ਇਹ ਦੋਨੋਂ ਇਗਜ਼ਾਮ ਕਲੀਅਰ ਹੋਣ ਤੋਂ ਬਾਅਦ ਆਪਣਾ ਡਰਾਈਵਿੰਗ ਲਾਈਸੈਂਸ ਬਣ ਜਾਂਦਾ। ਆਪਾਂ ਨੂੰ ਲਾਈਸੈਂਸ ਦੇ ਬਹੁਤ ਹੀ ਬੈਨੀਫਿਟ ਆ, ਅਤੇ ਆਪਾਂ ਨੂੰ ਬਹੁਤ ਹੀ ਵਰਕ ਈਜ਼ੀਲੀ ਵਰਕ ਮਿਲ ਜਾਂਦਾ। ਆਪਾਂ ਵੈਨ ਚਲਾ ਸਕਦੇ ਹਾਂ, ਆਪਾਂ ਕੈਬ ਚਲਾ ਸਕਦੇ ਹਾਂ, ਜਿੱਥੋਂ ਆਪਾਂ ਨੂੰ ਵਧੀਆ ਇਨਕਮ ਵੀ ਹੁੰਦੀ ਆ। ਅਤੇ ਬਾਕੀ ਜੇ ਕੰਮ ਦੀ ਗੱਲ ਕਰੀਏ ਆਪਾਂ UK ਦੇ ਵਿੱਚ, ਕੰਮ ਬਹੁਤ ਹੀ ਕੋਈ ਔਖੇ ਕੰਮ ਨਹੀਂ ਗੇ। ਬਿਲਡਰ ਨਾਲ ਕੰਮ ਮਿਲ ਜਾਂਦੇ ਆ, 70-80 ਪਾਉਂਡ ਪਰ ਡੇ ਦੇ ਹਿਸਾਬ ਨਾਲ ਦੇ ਦਿੰਦੇ ਆ, ਵਧੀਆ ਇਨਕਮ ਹੁੰਦੀ ਆ। ਬਾਬੇ, ਕਈ ਇੱਥੇ ਆਉਂਦੇ ਆ ਅਨੁਸਾਰ ਕੰਮ 'ਤੇ ਹੀ ਲੱਗ ਜਾਂਦੇ, ਅਗਲਾ ਕਹਿੰਦਾ ਵੀ ਪੈਸੇ ਕਮਾ ਲਈਏ, ਕੋਈ ਨਹੀਂ ਪ੍ਰੋਵੀਜ਼ਨਲ ਲਾਈਸੈਂਸ ਅਪਲਾਈ ਕਰ ਦਾਂਗੇ, VRP ਕਾਰਡ ਲੈ ਆਵਾਂਗੇ, ਕੋਈ ਗੱਲ ਨਹੀਂ। VRP ਕਾਰਡ ਬਿਨਾਂ ਬਾਬੇ ਨਾ ਤਾਂ ਪ੍ਰੋਵੀਜ਼ਨਲ ਅਪਲਾਈ ਹੁੰਦਾ ਅਤੇ ਨਾ ਹੀ ਬੈਂਕ ਅਕਾਊਂਟ ਓਪਨ ਹੁੰਦੇ ਆ। ਇਹ ਚੀਜ਼ਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਤੁਸੀਂ ਬਾਬੇ ਟਿਕਟ ਉਸ ਹਿਸਾਬ ਨਾਲ ਲੈਣੀ ਆ, ਜੇਕਰ ਤੁਹਾਡਾ ਇੱਥੇ ਰੈਲੇਟਿਵ ਜਾਂ ਕੋਈ ਸਾਡਾ ਦੋਸਤ ਇੱਥੇ ਹੈ ਨਹੀਂ ਗਾ, ਤਾਂ ਤੁਸੀਂ ਇੱਥੇ ਮੋਰਨਿੰਗ 10-11 ਵਜੇ ਪਹੁੰਚੋ ਜਾਂ ਦੁਪਹਿਰ ਦੇ 12-1 ਵਜੇ ਤੱਕ ਪਹੁੰਚੋ, ਨਾ ਕਿ ਤੁਸੀਂ ਰਾਤ ਨੂੰ ਪਹੁੰਚੋ 12-1 ਵਜੇ। ਜੇਕਰ ਤੁਸੀਂ ਇੱਥੇ ਆ ਕੇ ਯੂਨੀਵਰਸਿਟੀ ਨੂੰ ਕਾਲ ਕਰੋਗੇ ਵੀ ਸਾਨੂੰ ਲੈ ਕੇ ਜਾਓ ਇੱਥੋਂ, ਸਾਨੂੰ ਅਕੋਮੋਡੇਸ਼ਨ ਚਾਹੀਦਾ, ਅਤੇ ਉਹਨਾਂ ਨੇ ਤੁਹਾਡੀ ਕਾਲ ਪਿੱਕ ਨਹੀਂ ਕਰਨੀ,
ਸੋ ਇਹ ਚੀਜ਼ ਤੁਸੀਂ ਜ਼ਰੂਰ ਧਿਆਨ 'ਚ ਰੱਖਣੀ ਆ ਕਿ ਤੁਸੀਂ ਤੁਹਾਡੀ ਫਲਾਈਟ ਹੋਵੇ ਇੱਥੇ ਤੁਸੀਂ ਲੈਂਡ ਕਰੋ ਇੱਥੇ ਘੱਟ ਦੁਪਹਿਰੇ 11-12 ਵਜੇ ਜਾਂ 2-3 ਵਜੇ ਤੁਸੀਂ ਰਾਤ ਨੂੰ ਇੱਥੇ ਲੈਂਡ ਨਾ ਕਰੋ ਤੁਹਾਨੂੰ ਬਹੁਤ ਹੀ ਡਿਫੀਕਲਟੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਜੇਕਰ ਤੁਹਾਡਾ ਕੋਈ ਦੋਸਤ ਜਾਂ ਰਿਲੇਟਿਵ ਹੈਗਾ ਫਿਰ ਤਾਂ ਬਹੁਤ ਵਧੀਆ ਗੱਲ ਆ ਫਿਰ ਤਾਂ ਕੋਈ ਚੱਕਰ ਹੀ ਨਹੀਂ ਕਦੋਂ ਮਰਜ਼ੀ ਆਓ ਦਿਨੇ ਆਓ ਰਾਤ ਨੂੰ ਆਓ ਮੇਰਾ ਬਾਬੇ ਉਹ ਪ੍ਰੋਵੀਜ਼ਨਲ ਡਰਾਈਵਿੰਗ ਲਾਇਸੈਂਸ ਬਣ ਕੇ ਆ ਗਿਆ ਅਤੇ ਅੱਜ ਮੇਰਾ ਥਿਊਰੀਕਲ ਇਗਜ਼ਾਮ ਸੀਗਾ ਚਲੋ ਮੈਂ ਇਗਜ਼ਾਮ ਦਿਆ ਪਤਾ ਨਹੀਂ ਪਾਸ ਹੋਵਾਂਗੇ ਜਾਂ ਫੇਲ ਹੋਵਾਂਗੇ ਹੁਣ ਨਹੀਂ ਪਤਾ ਚਲੋ ਕੋਈ ਗੱਲ ਨਹੀਂ 20 ਪਾਊਂਡ ਲੱਗਦੇ ਆ ਬੰਦੇ ਨੂੰ ਹਾਰਨਾ ਨਹੀਂ ਚਾਹੀਦਾ ਫਸਟ ਟਾਈਮ ਸੀਗਾ ਸ਼ਾਇਦ 100% ਆਪਾਂ ਟੈਸਟ ਕਲੀਅਰ ਹੋ ਜੇ ਜੇ ਨਾ ਹੋਇਆ ਤਾਂ ਨੈਕਸਟ ਮੰਥ ਆਪਾਂ ਡੇਟ ਫਿਰ ਨਾਲ ਦੀ ਨਾਲ ਅੱਜ ਹੀ ਆਪਾਂ ਡੇਟ ਲੈ ਲਾਂਗੇ ਆਪਾਂ ਨੈਕਸਟ ਮੰਥ ਇਗਜ਼ਾਮ ਫਿਰ ਦੇ ਦਾਂਗੇ ਸੋ ਰੱਬ ਸੋਚ ਰੱਖੇ ਵੀ ਕਲੀਅਰ ਹੋ ਜੇ ਹੁਣ ਆਪਣਾ ਦੋਸਤ ਗਿਆ ਹੋਇਆ ਇਗਜ਼ਾਮ ਦੇਣ ਅਤੇ ਉਹ ਵੀ ਬਸ ਅੱਧੇ ਪੌਣੇ 50 ਕੁ ਮਿੰਟ ਦਾ ਬਾਬੇ ਲਗਭਗ ਇਗਜ਼ਾਮ ਹੁੰਦਾ ਉਹਨੂੰ 25 ਕੁ ਮਿੰਟ ਹੋ ਗਏ ਅਤੇ ਬਸ 25 ਕੁ ਮਿੰਟ ਬਾਅਦ ਉਹ ਆਉਣ ਵਾਲਾ ਅਤੇ ਜੇ ਆਪਣਾ ਥਿਊਰੀਕਲ ਇਗਜ਼ਾਮ ਕਲੀਅਰ ਹੋ ਗਿਆ ਤਾਂ ਆਪਣਾ 2 ਕੁ ਦਿਨ ਦੇ ਵਿੱਚ ਪ੍ਰੈਕਟੀਕਲ ਇਗਜ਼ਾਮ ਵੀ ਹੋ ਜੂਗਾ ਅਤੇ ਅਗਲੇ ਦਿਨ ਆਪਣਾ ਲਾਇਸੈਂਸ ਬਣ ਕੇ ਆਜੂਗੀ ਬਹੁਤਾ ਟਾਈਮ ਨਹੀਂ ਲੱਗਦਾ ਲਾਇਸੈਂਸ ਬਣ ਕੇ ਇੱਥੇ ਅਤੇ ਬਾਬੇ ਜੇ ਆਪਾਂ ਗੱਲ ਕਰੀਏ ਇੰਡੀਆ ਦੀ ਇੰਡੀਆ 'ਚ ਤਾਂ ਲਾਇਸੈਂਸ ਚਲੋ 2000 ਰੁਪਈਆ ਦੇ ਕੇ ਮੈਂ ਆਪ ਖੁਦ ਬਣਾਇਆ ਸੀ 2000 ਰੁਪਈਆ ਦੇ ਕੇ ਚੰਡੀਗੜ੍ਹ ਠੀਕ ਆ ਮੈਥੋਂ ਨਹੀਂ ਆਇਆ ਗਿਆ ਮੈਨੂੰ ਕਹਿੰਦੇ ਚਲੋ 2000 ਰੁਪਈਆ ਦੇ ਦਿਉ ਤੁਹਾਡਾ ਲਾਇਸੈਂਸ ਬਣ ਜੂ ਪਰ ਇੱਥੇ ਉਹ ਗੱਲ ਹੈ ਨਹੀਂ ਗੀ ਇੱਥੇ ਸਾਰਾ ਕੁਛ ਕਲੀਅਰ ਕਰਨਾ ਪੈਂਦਾ ਕਲੀਅਰ ਹੋ ਗਿਆ ਆਪਣਾ 2 ਦਿਨ ਦੇ ਵਿੱਚ ਲਾਇਸੈਂਸ ਬਣ ਕੇ ਆਜੂਗਾ ਫਿਰ ਆਪਾਂ ਟੈਨਸ਼ਨ ਨੂੰ ਫਰੀ ਹਾਂ ਫਿਰ ਆਪਾਂ ਆਪਦਾ ਟੋਰੀ ਕੰਮ ਕਰਿਆ ਕਰਾਂਗੇ ਬਾਬੇ ਵੈਨ ਚਲਾਇਆ ਕਰਾਂਗੇ ਕਾਰ ਚਲਾਇਆ ਕਰਾਂਗੇ ਅਤੇ ਬਹੁਤ ਹੀ ਵਧੀਆ ਕੰਮ ਆ ਉਹ ਅਤੇ ਬਹੁਤ ਹੀ ਵਧੀਆ ਇਨਕਮ ਹੋ ਜਾਂਦੀ ਆ ਸੋ ਬਾਬਿਓ ਇਹ ਮੇਰਾ ਪਰਸਨਲ ਐਕਸਪੀਰੀਅੰਸ ਸੀਗਾ ਜੋ ਕਿ ਮੈਨੂੰ ਡਿਫੀਕਲਟੀਜ਼ ਆਈਆਂ ਸੀ ਏਅਰਪੋਰਟ 'ਤੇ ਆਈਆਂ ਸੀਗੀਆਂ ਅਤੇ VRP ਕਾਰਡ ਲੈਣ 'ਚ ਵੀ ਮੈਨੂੰ ਕਾਫੀ ਥੋੜ੍ਹਾ ਜਿਹਾ ਔਖਾ ਹੋਇਆ ਮੈਨੂੰ ਯੂਨੀਵਰਸਿਟੀ ਜਾਣਾ ਪਿਆ ਸੋ ਜਿਨ੍ਹਾਂ ਨੇ ਇਨਰੋਲਮੈਂਟ ਕਰਨੀ ਆ ਸਾਰੇ ਜਾਣੇ ਆਪਦੇ ਏਜੰਟ ਨੂੰ ਕਿਹੋ ਵੀ ਮੇਰੀ ਇਨਰੋਲਮੈਂਟ ਕਰੋ ਅਤੇ ਮੈਨੂੰ ਇੱਥੇ ਪੋਸਟ ਆਫਿਸ ਰਾਹੀਂ VRP ਕਾਰਡ ਮਿਲ ਜੇ ਅਤੇ ਮੇਰੀ ਤਾਂ ਯੂਨੀਵਰਸਿਟੀ ਵੀ ਬ੍ਰੈਡਫੋਰਡ ਸੀਗੀ ਅਤੇ ਮੈਨੂੰ ਕਾਫੀ ਦੂਰ ਜਾਣਾ ਪਿਆ 3-3.5 ਘੰਟੇ ਜਾਣ ਦੇ ਲੱਗੇ 3.5 ਘੰਟੇ ਆਉਣ ਦੇ ਲੱਗੇ ਸਾਰਾ ਦਿਨ ਲੱਗ ਗਿਆ ਬਾਬਿਓ ਅਤੇ VRP ਕਾਰਡ ਮਿਲ ਗਿਆ ਸੀਗਾ ਸੋ ਸਾਰਿਆਂ ਨੇ ਇਨਰੋਲਮੈਂਟ ਕਰਕੇ ਉਹ ਕਿਸੇ ਨੇ ਕੋਈ ਘਬਰਾਉਣਾ ਨਹੀਂ ਏਅਰਪੋਰਟ 'ਤੇ ਸਵਾਲ ਜਵਾਬ ਹੁੰਦੇ ਆ ਅਤੇ ਜੇਕਰ ਤੁਸੀਂ ਇੰਟਰਵਿਊ ਕਲੀਅਰ ਕਰ ਸਕਦੇ ਹਾਂ ਤਾਂ ਤੁਸੀਂ ਉਹ ਸਵਾਲ ਜਵਾਬ ਵੀ ਦੇ ਸਕਦੇ ਹਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਕਿਸੇ ਨੇ ਘਬਰਾਉਣਾ ਨਹੀਂ ਅਤੇ ਵੈਲਕਮ ਟੂ ਆਲ ਮਾਈ ਫਰੈਂਡ ਸਵਾਗਤ ਆ ਸਾਰਿਆਂ ਦਾ ਇੰਗਲੈਂਡ 'ਚ ਆਉਣ ਦਾ ਅਤੇ ਬਹੁਤ ਹੀ ਵਧੀਆ ਮਾਹੌਲ ਆ ਦੇਖ ਰਹੇ ਹਾਂ ਮਾਹੌਲ ਆਸੇ ਪਾਸੇ ਗੋਰਾਂ ਗਾਰੀਆਂ ਘੁੰਮ ਰਹੀਆਂ